ਪਹਿਲਾਂ ਜੱਟ ਜਿਹੜੇ ਸੀ ਉਹ ਮੁਜਾਰੇ ਸੀ। ਮੁਜਾਰੇ ਦਾ ਮਤਲਬ ਹੁੰਦਾ ਜੇ ਬੰਧੂਆ ਮਜ਼ਦੂਰ ਜੀ। ਸਾਰੇ ਜੱਟ ਜ਼ਮੀਂਦਾਰ ਨਹੀਂ ਸੀ ਇਸ ਖਿੱਤੇ 'ਚ, ਬਿਲਕੁਲ ਵੀ ਜਾਗੀਰਦਾਰੀ ਪ੍ਰਥਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸਲਤਨਤ ਸਰਕਾਰ ਏ ਖਾਲਸਾ ਨੇ, ਨਾਨਕ ਸ਼ਾਹੀ ਖਾਲਿਸਤਾਨੀ ਪ੍ਰਣਾਲੀ ਨੇ ਇਸ ਸਰ ਜ਼ਮੀਨ 'ਤੇ ਜੱਟ ਨੂੰ ਜ਼ਮੀਂਦਾਰ ਬਣਾਇਆ ਅਤੇ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਕਰ ਲੋਹਗੜ ਜਾ ਅਤੇ ਜਿੰਨੀ ਜ਼ਮੀਨ ਤੇਰੀ ਹੈਗੀ ਹੈ ਨਾਪ ਲੈ ਅਤੇ ਉਹਦਾ ਆਪਣੇ ਨਾਂ ਦਾ ਪਟਾ ਲਿਖਵਾ ਕੇ ਲਾਇਆ ਅਤੇ ਲੋਹਗੜ੍ਹ ਦੇ ਕਿਲ੍ਹੇ ਦੇ ਬਾਹਰ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਸੀ। ਇੱਕ ਇੱਕ ਦਿਨ ਦੇ ਹਜ਼ਾਰ ਹਜ਼ਾਰ ਤੋਂ ਵੱਧ ਪੱਟੇ ਵੰਡੇ ਬਾਬਾ ਬੰਦਾ ਸਿੰਘ ਬਹਾਦਰ ਨੇ। ਜੱਟ ਦਾ ਵੀ ਵਰਣ ਸ਼ੂਦਰ ਹੀ ਸੀ। ਪਹਿਲੀ ਰਾਜ ਪ੍ਰਣਾਲੀ ਬਾਬਾ ਬੰਦਾ ਸਿੰਘ ਬਹਾਦਰ ਦੀ, ਨਾਨਕਸ਼ਾਹੀ ਰਾਜ ਪ੍ਰਣਾਲੀ ਨੇ ਸਾਨੂੰ ਜ਼ਮੀਂਦਾਰ ਬਣਾ ਦਿੱਤਾ। ਉਸ ਤੋਂ ਪਹਿਲਾਂ ਕੋਈ ਜ਼ਮੀਨਾਂ ਦਾ ਹੱਕ ਕਿਸੇ ਕੋਲ ਨਹੀਂ ਸੀ ਹੁੰਦਾ। ਪ੍ਰਮਾਣ ਲੈਣਾ ਹੋਏ ਕਦੇ ਵੀ ਰਾਜਸਥਾਨ ਹਰਿਆਣੇ ਦੇ ਜਾ ਕੇ ਪੁੱਛੋ, ਬ੍ਰਾਹਮਣ ਤੋਂ ਉੱਥੇ ਜਾ ਕੇ ਕਰਮ ਕਰਾਓ, ਉਹ ਤੁਹਾਡਾ ਗੋਤਰ ਪੁੱਛਦਾ, ਜਾਤ ਪੁੱਛਦਾ ਅਤੇ ਕਹਿ ਦਿੰਦਾ ਤੁਹਾਡਾ ਵਰਨ ਸ਼ੂਦਰ ਹੈ। ਅਬਦੁਲ ਕਯੂਮ ਉਹਦਾ ਨਾਂ ਸੀ ਮੁੰਡੇ ਦਾ ਅਤੇ ਉਹ ਸਾਡੀ ਕਲਾਸ 'ਚ ਹੀ ਪੜ੍ਹਦਾ ਸਾ ਅਤੇ ਚਾਰ ਘੋੜਿਆਂ ਦੀ ਬੱਗੀ 'ਤੇ ਆਉਂਦਾ ਹੁੰਦਾ ਸੀ ਪੜ੍ਹਨ ਉਹ ਅਤੇ ਹਾਂਜੀ ਅਤੇ ਬਿਲਕੁਲ ਰੋਇਲ ਟਾਈਪ ਕੰਮ ਸੀਗਾ ਅਤੇ ਲਾਲ ਜਿਹੀ ਉਹਨਾਂ ਟੋਪੀ ਲੈਣੀ ਅਤੇ ਉਹਨੂੰ ਇੱਕ ਫੂੰਦਾ ਜਿਹਾ ਲੱਗਾ ਹੋਣਾ ਅਤੇ ਬੜਾ ਗੋਰਾ ਚਿੱਟਾ ਮੁੰਡਾ ਸੀ ਅਤੇ ਕਿੱਦਾਂ ਦੀ ਆਦਤਾਂ ਸੀ? ਵਿਗੜਿਆ ਹੋਇਆ ਬੱਚਾ ਸੀ ਜਾਂ? ਨਹੀਂ ਨਹੀਂ ਠੀਕ ਸੀ, ਰਾਜਪੂਤਾਂ ਦਾ ਬੰਦਾ ਸੀ। ਰਾਜਪੂਤ ਜਨਰਲੀ ਬਹੁਤ ਵਧੀਆ ਬੰਦੇ ਹੁੰਦੇ ਸੀ। ਜਿਹੜੇ ਜੱਟ ਜ਼ਿਮੀਂਦਾਰ ਸੀ ਨਾ ਮੁਸਲਮਾਨਾਂ 'ਚ, ਉਹ ਥੋੜ੍ਹੇ ਡਿਫਰੈਂਟ ਟਾਈਪ ਸੀਗੇ ਅਤੇ ਉਹ ਇੰਨੇ ਵਧੀਆ ਨਹੀਂ ਸੀਗੇ ਜਿੰਨੇ ਕਿ ਰਾਜਪੂਤ ਵਧੀਆ ਸੀਗੇ ਅਤੇ